ਆ ਜੀ ਮੈਂ ਜੁੜੀ ਫੈਮਿਲੀ ਆ ਤਾਂ ਹੁਣ ਡਾਲੀ ਚਾਹੀਦੀ ਇਹ ਹੁਣ ਕਹਿੰਦਾ ਕਿ ਇੱਧਰ ਬਾਹਰ ਪਿਆ ਸੀ ਇਹ ਵਿੱਚ ਇੱਕ ਸਵਾਰੀ ਨੇ ਮੈਦਾਨ ਅੰਦਰ ਜੁੜੀ ਫੈਮਿਲੀ ਇਸੀ ਆਣੇ ਸਰਸਾਵਾ ਕੋਟਲੀ ਇੱਥੇ ਵੀ ਸਰਸਾਵਾ ਹੈ ਨਹੀਂ ਤਾਂ ਇੱਕ ਜਣਾ ਕੋਟਲੀ ਵਿੱਚ ਪੰਜੇਰਾ ਮੈਂ ਸਰਸਾਵਾ ਪੰਜੇਰਾ ਆਉਣੇ ਅਤੇ ਇਸੀ ਆਣੇ ਸਰਸਾਵਾ ਕੋਟਲੀ ਮਤਲਬ ਕਿ ਪਲਾਗ ਨਹੀਂ ਦੇਖਣਾ ਇੱਕ ਜਣਾ ਸਰਸਾਵਾ ਪੰਜੇਰਾ ਕੋਟਲੀ ਪਾਕਿਸਤਾਨ ਦਾ ਜਿਹੜਾ ਸੀਟਾਂ ਪਰ ਬਹਿ ਗਿਆ ਤਾਂ ਹੁਣ ਡਰਾਈਵਿੰਗ ਚੈੱਕ ਕਰੋ ਪਾਕਿਸਤਾਨ ਵੀ ਚੈੱਕ ਕਰੋ ਥੱਕਿਆ ਨੇ ਅਤੇ ਆਹ ਬਾਤ ਹੈ ਜ਼ਬਰਦਸਤ ਜ਼ਬਰਦਸਤ ਅਤੇ ਇਹ ਸਾਰੇ ਡੜਿਆਲ ਨੇ ਮੰਨਿਆ ਮਿਹਰਬਾਨੀ ਸਰ ਜੀ ਏ ਸੀ ਨੇ ਪੁੱਛਿਆ ਤਾਂ ਆਣੇ ਸਾਨੂੰ ਡੜਿਆਲ ਜੂ ਪਵਾਓ ਜਿਹਨੂੰ ਭਾਈ ਮੈਂ ਜਾਣਾ ਅਤੇ ਜਿਹਨਾਂ ਆਣੇ ਅਸਾਂ ਵੀ ਡੜਿਆਲ ਜਾਣੇ ਤਾਂ ਹੁਣ ਕਿਹਾ ਬਹੁਤ ਹੈ ਅੱਛਾ ਇਹ ਜਿਹੜਾ ਸਮਾਨ ਹੈ ਗਿਆ ਏ ਸੀ ਨੇ ਪਤਾ ਲੱਗੀ ਗਿਆ ਅਤੇ ਬਿੱਲ ਜਿਹੜਾ ਤਕਰੀਬਨ ਜਿਹੜਾ 10,000 ਨਾਲ ਪਟਕਾਰ ਪਿਆ 7,800 ਨੇ ਅਤੇ ਬਾਕੀ 3,000 ਨਹੀਂ ਲੈਟ ਇੱਕ ਹੋਰ ਕਹਿੰਦੀ ਹੈ ਉਹ ਜਿਹੜਾ ਇੰਨਾ ਕਹਿੰਦੀ ਆਪਣੇ ਲਾਟਾਂ ਨੇ ਭਾਈ ਨਾ ਕਰੋ ਤਾਂ ਦੋ ਹਾਂਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਯੂਟਿਊਬ ਫੈਮਿਲੀ ਅਮੀਰ ਕੰਨਾ ਕੇ ਸਾਰੇ ਭੈਣ ਭਰਾ ਠੀਕ ਠਾਕ ਹੈ ਸੋ ਅੱਲਾਹ ਤਾਲੀ ਸੋਹਣੇ ਸੋ ਸੁਣ ਮੇਜ਼ਬਾਨ ਗੁਲਾਮ ਸਵਾ ਸੁਣੀਦ ਮੈਂ ਅਦਰਾ ਜੀ ਅੱਜ ਨਵੀਂ ਵੀਡੀਓ ਕਨੀ ਹਾਂਜੀ ਮੈਂ ਯੂਟਿਊਬ ਫੈਮਿਲੀ ਇਸ ਟਾਈਮ ਆਈ ਹਾਂ ਬਾਜ਼ਾਰ ਮੌਸਮ ਟਾਈਮ ਹੈ ਤੱਕੋ ਮਾਸ਼ਾਅੱਲਾ ਇੰਤਖਾਈ ਖੂਬਸੂਰਤ ਮੌਸਮ ਹੈ ਮਿੱਠੀ ਮਿੱਠੀ ਧੁੱਪ ਹੈ ਠੰਡੀ ਠੰਡੀ ਹਵਾ ਚੜੀ ਹੈ ਤੱਕੋ ਰਕਸ਼ੇ ਜਾ ਰਹੇ ਹਰ ਬੰਦਾ ਆਪਣੇ ਕੰਮਾਂ ਮਸਰੂਫ ਹੈ ਅੱਜ ਜਿਹੜਾ ਗੱਡੀ ਅਲਹਮਦੁਲਿਲਾ ਫਾਈਨਲ ਜਿਹੜਾ ਤਿਆਰ ਹੀ ਗਿਆ ਹੁਣ ਇੱਕ ਕੰਮ ਜਿਹੜਾ ਰਹਿ ਗਿਆ ਜਿਹੜਾ ਕੰਪਾਊਂਡ ਉਹ ਜਿਹੜਾ ਜ਼ਰੂਰੀ ਹੈ ਅਤੇ ਬਾਕੀ ਮਾਸ਼ਾਅੱਲਾ ਗੱਡੀ ਸੋਹਣੀ ਤਿਆਰੀ ਹੈ ਸਲਾਮ ਕੀ ਹਾਲ ਹੈ ਠੀਕ ਹੈ ਨਾ ਸਹੀ ਹੈ ਅੱਛਾ ਹੁਣ ਲਓ ਹਾਂਜੀ ਮੈਂ ਜਿਹੜੀ ਫੈਮਿਲੀ ਉਸਤਾਦ ਰਾਣਾ ਕਿ ਜਿਹੜਾ ਜੂਸਾਂ ਚੱਕਸਵਾੜੀ ਅਤੇ ਉੱਥੋਂ ਵੀ ਇੱਕ ਚੀਜ਼ ਆਉਂਦੀ ਹੈ ਮਤਲਬ ਗੱਡੀ ਨੇ ਮਤਲਬ ਕਿ ਸਮਾਨ ਹੈ ਉਹ ਚੀਜ਼ ਆਉਂਦੀ ਹੈ ਇਨਸ਼ਾਅੱਲਾ ਇੱਥੋਂ ਜਿਹੜਾ ਲੱਭਣੀ ਸੀ ਪਰ ਥੋੜ੍ਹੀ ਲੱਭਣੀ ਸੀ ਹਾਂਜੀ ਮੈਂ ਜਿਹੜੀ ਫੈਮਿਲੀ ਇਸ ਟਾਈਮ ਜਿੱਦਾਂ ਆਪਣੇ ਡੜਿਆਲ ਸੁਭਾਨ ਟਾਈਮ ਹੈ ਤਾਂ ਕੌਣ ਆ ਇਤਨਾ ਰਸ਼ ਕੋਣੀ ਬਿਜ਼ੀ ਕੋਣੀ ਇਤਨਾ ਕੁਆਇਟ ਜਿਹਾ ਬਾਜ਼ਾਰ ਹੈ ਔਰ ਟਾਈਮ ਹੀ ਤਕਰੀਬਨ ਕੋਈ ਨੌਂ ਟਾਈਮ ਹੈ ਅਤੇ ਧੁੱਪ ਇਸ ਤਰ੍ਹਾਂ ਚੜੀ ਵਿੱਚ ਸਹੀ ਨਾ ਕੋਈ ਇੱਕ ਦੋ ਨਾ ਟਾਈਮ ਹੈ ਹਾਂਜੀ ਮੈਂ ਯੂਟਿਊਬ ਫੈਮਿਲੀ ਇਸੀ ਆਣੇ ਸਰਸਾਵਾ ਪੰਜੇਰਾ ਇਹ ਜਿਹੜਾ ਨਾ ਅੱਛਾ ਜੀ ਪਲਾਕ ਨੇ ਅੰਦਰ ਨਾਲ ਹੀ ਤਾਂ ਕੋਣ ਮੰਗਲਾ ਡੈਮ ਫੁੱਲ ਹੈ ਇਸ ਟਾਈਮ ਹੈ ਤਾਂ ਕੋਈ ਇਸੀ ਆਣੇ ਸਰਸਾਵਾ ਪੰਜੇਰਾ ਇਹ ਸਾਰੇ ਡੜਿਆਲੇ ਬੰਦਿਆਂ ਨੇ ਜਿਹੜਾ ਪੈਟਰੋਲ ਪੰਪ ਹੈ ਇੱਥੇ ਨਾ ਕੋਠੀਆਂ ਨੇ ਡੜਿਆਲੇ ਬੰਦਿਆਂ ਨੇ ਉਹ ਵੀ ਜਿਹੜਾ ਮਾੜੀ ਯੂਟਿਊਬ ਫੈਮਿਲੀ ਹੈ ਅਤੇ ਇੱਥੇ ਜਿਹੜਾ ਨਾ ਫਿਊਲ ਬੋਏ ਕਿੰਨੇ ਆ ਇਹ ਜਿਹੜਾ ਡੱਡਿਆਂ ਵਾਲੇ ਬੰਦਿਆਂ ਨਾਲ ਪੈਟਰੋਲ ਪੰਪ ਹੈ ਉਸ ਤੋਂ ਬਾਅਦ ਇੱਧਰ ਦੋ ਤਰ੍ਹਾਂ ਕੋਈ ਕਾਰ ਹੀ ਆਉਣਾ
ਹਾਂਜੀ ਮੈਂ ਯੂਟੀ ਫੈਮਲੀ ਇਸੇ ਆਣੇ ਸਰਸਾਵਾ ਪੰਜੇਰਾ, ਇੱਕ ਛਣਾ ਕੋਟਲੀ ਵਿੱਚ ਅਤੇ ਇੱਕ ਛਣਾ ਪਲਾਗ ਨਿੰਦਰ ਫਿਊਲ ਪਵਾਉਣੇ ਹਨ ਬਾਕੀ। ਹਾਂਜੀ ਮੈਂ ਯੂਟੀ ਫੈਮਲੀ ਇਸੇ ਆਣੇ ਸਰਸਾਵਾ ਕੋਟਲੀ, ਇਸਦਾ ਵੀ ਸਰਸਾਵਾ ਹੈ ਨਹੀਂ ਤਾਂ ਇੱਕ ਜਣਾ ਕੋਟਲੀ ਵਿੱਚ ਪੰਜੇਰਾ, ਮੈਂ ਸਰਸਾਵਾ ਪੰਜੇਰਾ ਆਉਣੇ ਅਤੇ ਇਸੇ ਆਣੇ ਸਰਸਾਵਾ ਕੋਟਲੀ, ਮਤਲਬ ਕਿ ਪਲਾਗ ਨਿੰਦਰ ਛਣਾ, ਇੱਕ ਛਣਾ ਸਰਸਾਵਾ ਪੰਜੇਰਾ ਕੋਟਲੀ ਨਿੰਦਰ। ਬਾਕੀ ਜਣਾ ਫਿਊਲ ਇਸ ਟਾਈਮ ਪਈ ਰਿਹਾ, ਇਹ ਜਣਾ ਜੀ ਸਰਸਾਵਾ ਜਣਾ ਕੋਟਲੀ ਹੈ। ਚਲੋ ਕਿਆ ਬਾਤ ਹੈ ਜੀ, ਵਾਹ ਜੀ ਵਾਹ, ਸਤਾਰ ਜਣਾ ਮੈਂ ਚਲਾ ਸਾਂ, ਠੀਕ ਹੈ ਜੀ। ਆਹ ਗੱਡੀ ਲੁੱਕ ਮਾਸ਼ਾਅੱਲਾ। ਹਾਂਜੀ ਮੈਂ ਯੂਟੀ ਫੈਮਲੀ ਪਾਕਿਸਤਾਨ ਦਾ ਜਿਹੜਾ ਸੀਟਾਂ ਪਰ ਬਹਿ ਗਿਆ, ਤੱਕੋ ਨਾ ਡਰਾਈਵਿੰਗ ਚੈੱਕ ਕਰੋ, ਪਾਕਿਸਤਾਨ ਵੀ ਚੈੱਕ ਕਰੋ, ਤੱਕਿਆ ਨੇ ਕਿਆ ਬਾਤ ਹੈ, ਜ਼ਬਰਦਸਤ ਜ਼ਬਰਦਸਤ। ਅਤੇ ਇਹ ਸਾਰੇ ਡੜਿਆਂ ਨੇ ਬੰਦਿਆਂ ਨੇ ਕੋਠੀਆਂ ਨਾ, ਤੱਕੋ ਨਾ ਇਹ ਮੈਸੇਜ ਬਾਹਣਾ ਸਾਂ। ਲਾਸਟ ਟਾਈਮ ਅਸੀਂ ਯੂਟੀ ਫੈਮਲੀ ਮਿਲੀ ਸੀ ਨਾ, ਉਹਨਾਂ ਪਾਇਆ ਸੀ ਕਿ ਸਾਡੇ ਤੱਕ ਆ ਰਹੀਆਂ, ਅਤੇ ਉਸ ਬਾਜਾਂ ਦੱਕੜੋਂ ਬਾਂਬ ਗਿਆ ਸਾਰਾ। ਇਹਨਾਂ ਦਾ ਨਾ ਸ਼ੁਕਰ ਦੱਕ ਨੇ ਜੀ ਨਾ, ਇਹਨਾਂ ਭਾਈਰਾਂ ਨੂੰ ਬਹੁਤ ਦਿਮਾਗ ਤੇਜ਼ ਹੈ। ਅਕਸਰ ਮੈਂ ਬੰਦੇ ਜਿਹੜੇ ਤੱਕ ਜਿਹੜੇ ਬੋਲੀ ਨਹੀਂ ਸਕਦੇ ਸੁਣ ਨਹੀਂ ਸਕਦੇ, ਉਹਨਾਂ ਦਾ ਦਿਮਾਗ ਸਾਰੀ ਨਿਸਬਤ ਤੋਂ ਜ਼ਿਆਦਾ ਹੋਣਾ। ਅਤੇ ਬਾਕੀ ਮੈਂ ਨਾ ਕਿਹਾ ਕਰਨ ਦੀ ਗੱਲ ਦੇ ਨਾਲ ਸਮਝ ਰੱਖਾਂ, ਕਾਫੀ ਅੱਛੇ ਬੰਦੇ ਨੇ। ਇਸ ਟਾਈਮ ਜਿਹੜਾ ਨਾ ਪਿੰਡੋਈ ਪੁੱਜੇ ਆਇਆ, ਉਹ ਪੁਰਾਣਾ ਬ੍ਰਿਜ ਹੈ, ਨਵਾਂ ਬ੍ਰਿਜ ਹੈ ਪਿੰਡੋਈ ਦਰਬਾਰ ਆਪਣਾ। ਇਹ ਤਾਂ ਕੋਈ ਸਫਾਈ ਹੋਣੀ ਵੀ ਆਪਣਾ ਹਾਨਾਬਾਦ, ਇਹ ਹਾਨਾਬਾਦ ਬਾਜ਼ਾਰ ਹੈ, ਟਰੱਕ ਚਾਹੀਦੇ। ਫੈਮਲੀ ਪੁੱਛੇ ਸਰ ਬਾਜ਼ਾਰ ਹੈ, ਤੇ ਦੱਸੋ ਨਾ ਕਮੈਂਟ ਕਰੀ ਕਿਹੜੇ ਬੰਦੇ ਕੀ ਪੁਰਾਣੇ ਪੁਰਾਣੇ ਗਾਣੇ ਜਿਹਨਾਂ ਨਾਲ ਯਾਦ ਨੇ, ਜਿਹੜੇ ਸੁਣਨੇ ਨਾ ਕਿਹੜੇ ਪਸੰਦ ਆ। ਬਾਕੀ ਤੱਕੋ ਨਾ ਸੋਹਣੇ ਗਾਣੇ ਜਿਹਨਾਂ ਨਾਲ 99 ਜਿਹੜੇ ਨੇ 99 ਸੌਂਗ ਨਾ, ਕਾਫੀ ਅੱਛੇ ਸੌਂਗ। ਹਾਂ ਜੀ ਮੈਂ ਯੂਟੀ ਫੈਮਲੀ ਇਸ ਟਾਈਮ ਆਈ ਗਈ ਚਕਸਵਾਰੀ ਬਾਜ਼ਾਰ, ਹੈ ਤਾਂ ਕੌਣ ਇਸ ਟਾਈਮ ਆਈ ਗਈ ਚਕਸਵਾਰੀ ਬਾਜ਼ਾਰ। ਮੁਸਤਾਦ ਕਹਿ ਕੇ ਜਗ੍ਹਾ ਖੜਸਨ, ਨਾਲ ਹੀ ਦੁਕਾਨ ਹੈ। ਹਾਂ ਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਆਈ ਗਈ ਜੀ ਟਿਕ ਸਵਾਰੀ, ਬਾਕੀ ਜਿਹਨਾਂ ਕੋਈ ਗੱਡੀਆਂ ਸਮਾਨ ਕਿੰਨਾ ਸੀ ਤੋਂ ਕਿੰਨੇ ਆ, ਇਹ ਦੁਕਾਨ ਹੈ ਜੀ।
ਹਾਲਾਂ ਕੰਪਿਊਟਰ ਰੰਗ ਬਣਨਾ ਦਿਖਾਉਣਾ। ਠੀਕ ਹੈ ਜੀ, ਆਹ ਭਾਈ ਵਾਲੀ ਦੁਕਾਨ ਹੈ, ਦਿਖਾਉਣ ਰੰਗ ਸ਼ੰਗ। ਠੀਕ ਨੰਬਰ ਕਿਆ ਬਾਤ, ਚੱਕਰ ਹੋਣਾ ਹਰ ਚੀਜ਼ ਲੱਭੀ, ਇਹ ਸੀ ਲੈਣਾ, ਇਹ ਸੀ ਲੈਣਾ ਹੈ। ਠੀਕ ਹੈ, ਸਵਾਰੀ ਨੇ ਮੈਦਾਨ ਅੰਦਰ ਸੀਲ ਨੇ ਚੱਕ ਕਰਾਉਣਾ, ਇਹ ਹੈ ਇੱਕ ਨਹੀਂ ਸੀਲ ਤੱਕ ਆਉਣਾ, ਇਹ ਉਹਨਾਂ ਨੇ ਨਾਪਣੇ ਨਹੀਂ ਪਈ, ਇੱਦਾਂ ਡੈਮੇਜ ਹੋਈਆਂ ਉਹ ਜਣਾ ਸਾਂ ਲਿਬਾਸਾਂ, ਬਾਕੀ ਜਣਾ ਇਸ ਟਾਈਮ ਉਸਤਾਦ ਦਾ ਨਾਪੀ ਰਹੇ। ਹਾਂ ਜੀ, ਮੈਂ ਯੂਟੀ ਫੈਮਿਲੀ ਟਰੱਕ ਜਾ ਰਹੇ ਚੱਕ ਕਰਾਉਣਾ, ਕਿਆ ਬਾਤ ਹੈ। ਕਿੰਨੇ ਗਿਆ ਟੋਟਲ? 5,000 ਪੰਜ ਪ੍ਰੋਟੀਨਾਂ ਜੁੜੀਆਂ ਤਕਰੀਬਨ 10 ਡੱਬੇ ਇਕੱਠੇ ਆ। ਇੱਥੇ ਜਾਣਾ ਪਿਆ 530 ਨੇ, 500 ਲਾਸਾਂ। ਠੀਕ ਹੈ ਜੀ, ਤਕਰੀਬਨ ਕੋਈ 650 ਪੀਣੀਆਂ ਕਿਆ ਬਾਤ ਹੈ। ਹਾਂਜੀ, ਮੈਂ ਯੂਟੀ ਫੈਮਿਲੀ ਇਸ ਗੱਡੀ ਨਾਲ ਏ ਸੀ ਹੈ ਕਿ ਜਣਾ ਚੱਲਿਓ ਠੰਡੀ ਹਵਾ ਤੁਸੀਂ ਖਾਧਿਓ ਜਣਾ ਗਰਮ ਆਓ ਜਣਾ, ਬਾਕੀ ਜਣਾ ਏ ਸੀ ਨਾਲ ਕੋਈ ਰੇਟ ਪੁੱਛੀ ਕਿੰਨੇ ਆ, ਕੰਪਰੈਸ ਨਾਲ ਕਿਆ ਕੋਈ ਰੇਟ ਹੈ। ਇਸ ਟਾਈਮ ਜਣਾ ਚੱਕ ਸਵਾਰੀ ਨੇ ਤਾਂ ਮੌਜੂਦਾ ਮਾਰਕੀਟ ਹੈ ਤਾਂ ਨੀਚੇ, ਨਾਲ ਹੀ ਆਪਣਾ ਨਫੀਸ ਬੇਕਰੀ ਹੈ ਤਾਂ ਨਾਲ ਹੀ ਆ ਮਾਰਕੀਟ ਹੈ। ਚਲੋ ਇੱਥੇ ਜਣਾ ਰੇਟ ਪਤਾ ਹੋਣਾ ਚਾਹੀਦਾ, ਤਾਂ ਗੱਡਿਆਲਾ ਵੀ ਪਤਾ ਹੋਵੇ ਅਤੇ ਇੱਥੇ ਜਣਾ ਮਨਮਾਹ ਚੇਕ ਹੁੰਦੇ ਆ। ਕਿਹੜੀ ਮਾਰਕੀਟ ਹੈ, ਕਿਆ ਨਾਂ ਸਰ? ਨੀਲਮ ਹੈ ਜੀ, ਠੀਕ ਹੈ। ਗਿਆ ਸੁਣ, ਕਿਆ ਨਾਂ ਹੈ? ਆਦਬ ਆਬਦ, ਮਾਸ਼ਾਲਾ। ਠੀਕ ਹੈ ਜੀ, ਇਸ ਟਾਈਮ ਆਈ ਗਏ ਜੀ ਭਾਈ ਆਬਦ ਗਰਾਊਂਡ, ਤੇ ਲੈਟਰ ਮੁਤਲਕ ਸਮਾਨ ਚਾਹੀਦਾ ਸੀ। ਇਹ ਦੇਖ ਰਹੇ ਡੱਬਰ ਲੱਭੀਆਂ ਵਿੱਚੋਂ, ਇਹ ਜਿਹੜੀ ਕਰੋਮਣੀ ਨਹੀਂ ਉਹ ਕੂੜਾ ਸੈੱਟ, ਮਤਲਬ ਕੱਢੋ ਜੇ 4 ਗੋਲੇ ਪੂੜੇ ਜਾਣ। ਹਾਂਜੀ, ਮੈਂ ਯੂਟੀ ਫੈਮਿਲੀ ਕੋਈ ਸਮਾਨ ਚਾਹੀਦਾ ਸੀ ਗੱਡੀ ਨੂੰ ਮੁਤਲਕ, ਤਾਂ ਇਸ ਟਾਈਮ ਸਮਾਨ ਨਿਕਲੀ ਰਿਹਾ। ਇਹ ਪੈਟਰੋਲ ਹੈ ਟੂਡੀ ਨਹੀਂ? ਹਾਂ ਡੀਜ਼ਲ, ਸੋਰੀ ਡੀਜ਼ਲ ਲਾ ਲਈਆਂ। ਇਸੇ ਲਾਕਾਂ ਵੀ ਦਿਓ, ਇਸੇ ਸਾੜੇ ਮੁਕੰਮਲ ਗੋਲੇ ਜਿਹੜਾ ਨਹੀਂ ਕਰੋਮ ਚ ਨਾ, ਕਰੋਮ ਵਿੱਚ ਪੱਟੀ ਵਾਲੀ। ਹਾਂ ਅੱਛਾ, ਇਹ ਐਨਕਾਣ ਹੈ ਨੀ, ਚੱਕ ਕਰੋ ਭੱਜੀ ਸ਼ੀਜੀ ਤਾਂ ਨਹੀਂ ਨਾ। ਠੀਕ ਹੈ ਜੀ, ਇਹ ਕਹਿੰਦੇ ਜਨਮ ਚ ਨੇ ਜੀ, ਜਨਮ ਕਿਹੜੇ ਨੇ? ਨਾ ਨਾ ਹਾਲੀ, ਹਾਂ ਦੋ
ਕੰਪਨੀ ਦੀ ਤਰਫੋਂ ਚਾਹੀਂ ਟੋਟਾ ਰਹਿੰਦਾ ਕੋਣ ਇਹ ਕਿਤੇ ਰਹਿਣਾ ਇੱਕ ਹੈ ਅਤੇ ਇਹ ਕਿਤੇ ਰਹਿਣਾ ਠੀਕ ਹੈ ਇਹ ਹੀ ਹੈ ਨਾ ਬਾਕੀ ਸਮੇਂ ਦੱਸਣਾ ਸਮਾਨ ਕੰਟੈਕਟ ਨੰਬਰ ਸਕਰੀਨ ਵਿੱਚ ਹੋਏ ਰੇਤ ਤਾਂ ਬੰਦੀ ਤਾਂ ਰਾਬਤਾ ਕਰ ਸਕਦੇ ਹੋ ਆਹ ਪਈ ਵਾਲੀ ਦੁਕਾਨ ਹੈ ਕੁਛ ਸ਼ੀਟਾਂ ਚੇਂਜ ਸਨ ਮਨੀਸ਼ ਜੀ ਏ ਸੀ ਨੇ ਪੁੱਛਿਆ ਤਾਂ ਆਣੇ ਸਾਨੂੰ ਡੜਿਆਲ ਸੂਬ ਆਓ ਜਿਹਨੂੰ ਭਾਈ ਮੈਂ ਜਾਣਾ ਅਤੇ ਜਿਹੜਾ ਆਣੇ ਅਸਾਂ ਵੀ ਡੜਿਆਲ ਜਾਣੇ ਤੋਂ ਕੌਣ ਕਿਹਾ ਬਹੁਤ ਹੈ ਅੱਛਾ ਇਹ ਜਿਹੜਾ ਸਮਾਨ ਹੈਗਾ ਏ ਸੀ ਨੇ ਪਤਾ ਲੱਗੀ ਗਿਆ ਤਾਂ ਬਿੱਲ ਜਿਹੜਾ ਤਕਰੀਬਨ ਜਿਹੜਾ 10,000 ਨਾਲ ਪਟਕਾਰ ਪਿਆ 7,800 ਨਾ ਇਹ ਤਾਂ ਬਾਕੀ 3,000 ਨਹੀਂ ਲੈਟ ਇੱਕ ਹੋਰ ਕਹਿੰਦੀ ਹੈ ਉਹ ਜਿਹੜਾ ਇੰਨਾ ਕਹਿੰਦੀ ਆਪਣੀ ਲਾਟਾਂ ਨੇ ਭਾਈ ਜਾਣਾ ਕਰੋ ਤਾਂ 2 ਪੱਟੀਆਂ ਕਿੰਨੀਆਂ ਤਕਰੀਬਨ ਕੋਈ 11,000 ਨਾਲ ਪਟਕਾਰ ਪਿਆ ਸਾਲ ਦਾ ਹੀ ਕਿਨੋ ਕਹਿਣਾ ਹੈ ਕਿ ਗੱਡੀਆਂ ਸੋਹੀਆਂ ਨਹੀਂ ਚਲਾਉਣੀਆਂ ਖਰਚਾ ਕਰਨੇ ਵਾਲਾ ਪਤਾ ਲਾਉਣਾ ਕਿ ਗੱਡੀ ਸੋ ਕਿਆ ਮੰਗਣੀ ਹੈ ਤਾਂ ਬਾਕੀ ਜਿਹੜਾ ਕਾਫੀ ਅੱਛੇ ਬੰਦੇ 'ਚ ਇੱਕ ਸਵਾਰੀ ਨੇ ਮਾਸ਼ਾ ਅੱਲਾਹ ਕਾਫੀ ਡਿਸਕਾਊਂਟ ਦਿੱਤਾ ਨੇ ਤਾਂ ਉਸ ਤੋਂ ਬਾਅਦ ਜਿਹੜਾ ਨਾ ਨਾ ਧੱਕੋ ਨਾ ਟਾਈਮ ਵੀ ਹੋ ਗਿਆ ਕੋਈ 10:21 ਆ ਗਏ ਨੇ ਸ਼ਹਿਜ਼ਾਦੀ ਭਾਰਾ ਨਹੀਂ ਸ਼ਹਿਜ਼ਾਦੀ ਤਾਂ ਇਹ ਸੀ ਨਾ ਕਿ ਸਾਨੂੰ ਡੜਿਆਲ ਸੁਭਾਅ ਉਹ ਬਿਹਤਰ ਹੈ ਉਸ ਤੋਂ ਬਾਅਦ ਸਾਨੂੰ ਡੜਿਆਲ ਜਾਣੇ ਆ ਅਤੇ ਸਮਾਨ ਜਿਹੜਾ ਚਾਹੀਦਾ ਸਾਰਾ ਤੂੰ ਰਹਿਣੀ ਗੱਡੀ ਕੰਪਾਊਂਡ ਅੱਜ ਇੰਸ਼ਾਅੱਲਾ ਕੰਪਾਊਂਡ ਕਰਾਉਣੀ ਹੈ ਤਾਂ ਇਹ ਜਿਹੜਾ ਤੈਨੂੰ ਪਤਾ ਕਿ ਆਪਣੇ ਘਰਾਂ ਨੇ ਕੰਮ ਕਰਨੇ ਨੇ ਤਾਂ ਅੱਜ ਨਾਲ ਗੱਡੀ ਇੰਸ਼ਾਅੱਲਾ ਕੰਪਾਊਂਡ ਕਰਾਉਣੀ ਹੈ ਫਾਈਨਲ ਤਾਂ ਤੁਹਾਨੂੰ ਫੀਸ ਬੇਕਰ ਕਿਆ ਆਵਾਜ਼ ਹੈ ਇਸਲੀਏ ਮੈਂ ਦਿਲ ਕੋ ਰੋਕਾ ਇਸ ਚਾਹਤ ਦਿਲ ਕੋ ਰੋਕਾ ਕਿਸੇ ਸੇ ਅੱਲਾਹ ਕੇ ਦਿਲ ਨਾ ਲਾਏ ਕਿਸੇ ਸੇ ਹਾਂ ਜੀ ਮੈਂ ਯੂਟੀ ਫੈਮਲੀ ਤੋਂ ਕੋਣਾ ਪਾਣੀ ਚੜ੍ਹੀ ਰਿਹਾ ਡੈਮ ਇਸ ਟਾਈਮ ਐਂ ਮੌਜੂਦਾ ਪਲਾਕਾਂ ਨੇ ਬ੍ਰਿਜ ਉੱਪਰ ਆਉਣਾ ਸਾਨੂੰ ਡੜਿਆਲ ਅੰਡਰ ਏਜ ਅਸਾਂ ਇਹ ਐਪ ਪੁੱਲ ਕ੍ਰਾਸ ਕਰ ਸਕਦਾ ਧੱਕਾਉਣਾ ਕਿਆ ਬਾਤ ਇਸ ਟਾਈਮ ਸਤਾਧਰ ਗੱਡੀ ਚਲਾਈ ਰਿਹਾ ਮੈਂ ਧੱਕਾਉਣਾ ਆਪਣੇ ਫੁੱਲ ਮੂਡਾ ਵਿੱਚ ਐਂ ਵੱਡੇ ਚਾਸ ਨੇ ਹਾਂਜੀ ਮੈਂ ਯੂਟੀ ਫੈਮਲੀ ਇਹ ਨੇ ਜੀ ਜਲਾਲਾਬਾਦ ਬਾਜ਼ਾਰ ਜਿਹੜੀ ਮਾਰੀ ਯੂਟੀ ਫੈਮਲੀ ਤੱਕ ਹੀ ਰਹੀ ਹੈ ਤੱਕ ਹੈ ਆਪਣਾ ਬਾਜ਼ਾਰ ਆਪਣੀਆਂ ਪੁਰਾਣੀਆਂ ਯਾਦਾਂ ਹੁਣ ਕਾਫੀ ਸਹੂਲਤ ਹੈਗੀ ਇੱਥੇ ਤੱਕ ਹੁਣ ਹਰ ਚੀਜ਼ਾਂ ਦੀ ਦੁਕਾਨ ਹਾਂਜੀ ਮੈਂ ਯੂਟੀ ਫੈਮਲੀ ਫਾਈਨਲੀ ਤੱਕ ਗੱਡੀ ਕੰਪਾਊਂਡ ਲੈਣਾ ਸ਼ੁਰੂ ਹੋ ਗਿਆ ਮਤਲਬ ਕਿ ਪਹਿਲਾਂ ਰਫ ਮਾਰ ਸਨ ਉਸ ਤੋਂ ਬਾਅਦ ਜਿਹੜਾ ਹੀਰ ਕੰਪਾਊਂਡ ਮਾਰ ਸਨ ਹੁਣ ਇਸ ਟਾਈਮ ਜਿਹੜਾ ਰਫ ਹੈ ਪਿਆ ਮਤਲਬ ਕਿ ਇਸਨੇ ਚ ਨਿੱਕੇ ਨਿੱਕੇ ਦਾਣੇ ਨੇ ਸਪਰੇ ਨੇ ਉਹ ਖਤਮ ਕਰਨੇ ਪਏ ਉਸ ਤੋਂ ਬਾਅਦ ਜਿਹੜਾ ਕੰਪਾਊਂਡ ਨਹੀਂ ਸੀ ਤਾਂ ਉਸ ਤੋਂ ਬਾਅਦ ਜਿਹੜਾ ਸ਼ਾਇਨ ਸੀ ਚਮਕ ਸੀ ਇਸਨੇ ਚ ਜਿਹੜਾ ਮੂੰਹ ਦੀ ਸੀ ਬਿਲਕੁਲ ਗਲਾਸ ਜਿਹੜਾ ਬਣੀ ਗਿਆ ਸੀ ਉਹ ਜੀ ਕੰਪਾਊਂਡ ਲੱਗੀ ਰਿਹਾ ਹੁਣ ਜਿਹੜਾ ਕੰਪਾਊਂਡ ਲੈਣੀ ਗੱਡੀ ਇੱਕ ਟਿਊਬ ਪੈਣੀ ਕਰੀਮ ਮਿਲਣਾ ਜਿਹਨੇ 'ਚ ਕੰਪਾਊਂਡ ਸੀ ਉਹਨੇ ਹੁਣ ਤੱਕ ਕੱਪੜੇ ਵਾਲਾ ਕੰਪਾਊਂਡ ਸੀ
ਹਾਂ ਜੀ ਮੈਂ ਯੂਟੀ ਫੈਮਲੀ ਤੱਕ ਹੱਥਾਂ ਨਾਲ ਕੰਪਾਊਂਡ ਏਰੀਆ ਫੈਮਲੀ ਜਿਹੜੀ ਹੱਥਾਂ ਨਾਲ ਕੰਪਾਊਂਡ ਨਹੀਂ ਹੈ ਇੱਕ ਨੰਬਰ ਨਹੀਂ ਹੈ ਮਤਲਬ ਕਿ ਸਹੀ ਰਗੜ ਵਗੈਰਾ ਲੱਗਣੀ ਹੈ ਤਾਂ ਉਹ ਜਿਹਨਾਂ ਨਾਲ ਉਸਨੇ ਸਾਹ ਦੇਣੀ ਜਾਂ ਬਾਡੀ ਨਹੀਂ ਤਾਂ ਉਸੇ ਚਮਕ ਦੇਣੀ ਆ ਜਿਹੜਾ ਦੂਆ ਮਾਨੇ ਕਹਿਣੇ ਬਫ ਗਲੈਂਡਰ ਨਾਲ ਉਹ ਜਿਹਨਾਂ ਮਤਲਬ ਕਿ ਤਰੀਕਾ ਉਸ ਨਾਲ ਵੀ ਜਿਹੜਾ ਠੀਕ ਰਹਿਣਾ ਚਾਹੀਦਾ ਪਰ ਉਹ ਸਮਾਰਸ ਹੋਣਾ ਅਤੇ ਉਹ ਬਾਡੀ ਨਾਲ ਰੰਗ ਜਨਮ ਅੰਦਰੋਂ ਕੱਢੀ ਜਾਂਦਾ ਇਹ ਜਿਹੜਾ ਉਹ ਕਰਨੀ ਪੈਣੀ ਇਹ ਜਿਹੜਾ ਹੱਥਾਂ ਨਾਲ ਜੇ ਬੰਦੇ ਹਿਸਾਬ ਬਣਾਉਣਾ ਹੱਥਾਂ ਨਾਲ ਕੰਪਾਊਂਡ ਸਹੀ ਨਹੀਂ ਜਾਂ ਟੱਕਰ ਹੀ ਨਾ ਪੜਨਾ ਬਾਕੀ ਵਗੈਰਾ ਨਾ ਪਵੇ ਇਸ ਟਾਈਮ ਜਿਹੜਾ ਨਾ ਤੁਸੀਂ ਜ਼ਮਾਨ ਚੌਂਕ ਦੀ ਹੜੀ ਹੈਗੀ ਗਰਮੀ ਜਿਹੜਾ ਨਾ ਮੱਛਣਾ ਚਾਹੀਦਾ ਬਾਕੀ ਪੜਨਾ ਕਿਤੇ ਸੇਫ ਠੰਡਕ ਹੈ ਪਰ ਸਿੱਧੇ ਹੈ ਨਾ ਮਜ਼ਾ ਕਰਦਾ ਹਾਂਜੀ ਮੈਂ ਯੂਟੀ ਫੈਮਲੀ ਨਾਲ ਹੀ ਮਾਰ ਕੇ ਲੱਗਣੇ ਅਤੇ ਨਾਲ ਹੀ ਜਿਹੜਾ ਨਾ ਤੱਕ ਨਾ ਕੰਪਾਊਂਡ ਏਰੀ ਗੱਡੀ ਠੀਕ ਹੈ।